ਗ੍ਰੀਨ ਐਂਡ ਗ੍ਰੀਨ ਪਾਕਿਸਤਾਨ ਸਾਰੀ ਤਹਿਰੀਕ ਇਨਸਾਫ ਦੀ ਹਕੂਮਤ ਦਾ ਖਵਾਬ ਹੈ। ਦਰਖਤ ਲਾਉਣ ਸੁਨਤ ਅਤੇ ਸਫਾਈ ਨਿਸਫ ਈਮਾਨ ਹੈ। ਇਹਦੇ ਉੱਤੇ ਸਾਡੀ ਹਕੂਮਤ ਕਾਰਬੰਦ ਹੈ। ਇਨਸ਼ਾ ਅੱਲਾਹ ਅਸਾਂ ਆਪਣੇ ਮਨਸੂਬੇ ਦੇ ਵਿੱਚ ਕਾਮਯਾਬ ਥੀ ਸੂੰ। 26 ਅਰਬ ਰੁਪਏ ਦੀ ਲਾਗਤ ਨਾਲ ਇਨਸ਼ਾ ਅੱਲਾਹ 4 ਸਾਲਾਂ ਦੇ ਵਿੱਚ 50 ਕਰੋੜ ਦਰਖਤ ਲਾਏ ਹੋਏ ਸਨ ਔਰ ਈ ਸਾਲ ਅਟੱਕੁਲ ਗਿਣ ਕੇ ਰਹੀਮ ਯਾਰ ਖਾਨ ਤੱਕ ਇਨਸ਼ਾ ਅੱਲਾਹ 10 ਕਰੋੜ ਦਰਖਤ ਲਾਏ ਹੋਏ ਸਨ। ਜਹਾਂ ਤੱਕ ਕੁੰਦੀਆ ਫਾਰੈਸਟ ਰਿਜ਼ਰਵ ਦੀ ਗੱਲ ਹੈ, ਤਕਰੀਬਨ 29,000 ਏਕੜ ਦਾ ਇਹ ਫਾਰੈਸਟ ਰਿਜ਼ਰਵ ਹੈ, ਜਿਹਦੇ ਵਿੱਚ 5,000 ਏਕੜ ਦੇ ਉੱਤੇ ਜੰਗਲ ਲੱਗਾ ਪਿਆ ਹੈ। ਇਨਸ਼ਾ ਅੱਲਾਹ ਈ ਸਾਲ 5,500 ਏਕੜ ਦੇ ਉੱਤੇ ਮਜ਼ੀਦ ਜੰਗਲਾਤ ਲਾਏ ਹੋਏ ਸਨ, ਜਿਹਦੇ ਨਾਲ ਮੌਸਮਿਆਤੀ ਤਬਦੀਲੀਆਂ ਦੇ ਵਿੱਚ ਫਰਕ ਪੋ ਸੀ, ਲੋਕਾਂ ਕੋ ਰੁਜ਼ਗਾਰ ਮਿਲ ਸੀ ਔਰ ਜੰਗਲੀ ਹਯਾਤ ਕੋ ਤਹੱਫੁਜ਼ ਮਿਲ ਸੀ। ਇਹ ਤੋਂ ਇਲਾਵਾ ਜਿਹੜਾ ਸਾਡਾ ਪੰਜਾਬ ਦੇ ਵਿੱਚ ਕਲੀਨ ਐਂਡ ਗ੍ਰੀਨ ਪ੍ਰੋਗਰਾਮ ਹੈ, ਉਹ ਬੜੇ ਜ਼ੋਰ ਸ਼ੋਰ ਨਾਲ ਜਾਰੀ ਹੈ। ਪੰਜਾਬ ਮਿਊਨਸੀਪਲ ਸਰਵਿਸਿਜ਼ ਪ੍ਰੋਗਰਾਮ ਦੇ ਵਿੱਚ 26 ਅਰਬ ਰੁਪਏ ਮੁਖਤਸ ਕੀਤੇ ਗਏ ਜਿਹੜੇ ਸਾਡੇ ਮੁੰਤਖਬ ਨੁਮਾਇੰਦੇ ਦੇ ਥਰੂ ਪੰਜਾਬ ਦੇ ਹਰ ਹਲਕੇ ਦੇ ਵਿੱਚ ਕੰਮ ਸਟਾਰਟ ਥੀ ਚੁੱਕਿਆ ਉੱਥੋਂ। ਔਰ ਮੈਂ ਉਮੀਦ ਕਰੇ ਸਾਂ ਕਿ ਇਨਸ਼ਾਅੱਲਾ ਤੁਸੀਂ ਸਾਰੇ ਦੋਸਤ ਬੜ੍ਹ ਚੜ੍ਹ ਕੇ ਇਹ ਪ੍ਰੋਗਰਾਮ ਦੇ ਵਿੱਚ ਹਿੱਸਾ ਗਿਣਸੋ, ਪੰਜਾਬ ਨੂੰ ਸਰਸਬਜ਼ ਬਣਾ ਦੇਸੋ। ਜਹਾਂ ਤੱਕ ਸਿਪਤੈਨ ਖਾਨ ਸਾਹਿਬ ਗੱਲ ਕੀਤੀ ਹੈ ਮੀਆਂ ਵਾਲੀ ਦੀ, ਇਨਸ਼ਾਅੱਲਾ ਤੁਹਾਨੂੰ ਇੱਥੋਂ ਕਨੇ ਗਿਲਾ ਨਾ ਮਿਲ ਸੀ ਔਰ ਤੁਹਾਡੇ ਜਿਤਨੇ ਮਸਾਇਲ ਹਨ ਇਨਸ਼ਾਅੱਲਾ ਮੇਰੇ ਦਿਲ ਦੇ ਉੱਤੇ ਲਿਖੇ ਹੋਏ। ਅਤੇ ਇਹਨੇ ਅਲਫਾਜ਼ ਦੇ ਨਾਲ ਮੈਂ ਤੁਹਾਡੇ ਕੋਲੋਂ ਇਜਾਜ਼ਤ ਗਿੰਦਾ। ਪਾਕਿਸਤਾਨ ਜ਼ਿੰਦਾਬਾਦ।